ਟੱਲੇ ਪਿੰਡ ਦੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋਲ ਆਏ ਤੇ ਪਤਾ ਕਿਹਾ ਕੀ ਉਹਨਾਂ ਨੇ ਕਹਿੰਦੇ ਮਹਾਰਾਜ ਇੱਕ ਬੇਨਤੀ ਕਰ ਲਈਏ ਤੇ ਮਹਾਰਾਜ ਕਹਿੰਦੇ ਕਰ ਲੋ ਕਹਿੰਦੇ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਈ ਕੰਮ ਰੁਕ ਜਾਂਦੇ ਆ ਇਹ ਨੋਟ ਕਰਿਓ ਤੁਹਾਡੀ ਲਾਈਫ ਚ ਵੀ ਹੁੰਦਾ ਉਹ ਕੰਮ ਸਿਰੇ ਨਹੀਂ ਲੱਗਦਾ ਤੁਸੀਂ ਬਹੁਤ ਯਤਨ ਕੀਤਾ ਫਲਾਣੀ ਉਹ ਸਾਰੀ ਬੰਨ੍ਹੀ ਪੈ ਗਈ ਕਾਰਜ ਰੁਕ ਗਿਆ ਤੁਸੀਂ ਯਤਨ ਕੀਤਾ ਬੱਚੀ ਮੇਰੀ ਬੀ ਏ ਕਰ ਲਵੇ ਆਈਲੈਟਸ ਕਰ ਲਵੇ ਉਹ ਬੰਨ ਜਾ ਪੈ ਗਿਆ ਨਿਕਲ ਹੀ ਨਹੀਂ ਰਹੀ ਕਾਰਜ ਰੁਕ ਜੇ ਕਹਿਣ ਲੱਗੇ ਮਹਾਰਾਜ ਉਸ ਵੇਲੇ ਕੀ ਕਰੀਏ ਡੱਲੇ ਪਿੰਡ ਦੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋਲ ਆਏ ਤੇ ਕਹਿੰਦੇ ਮਹਾਰਾਜ ਕੋਈ ਕਾਰਜ ਰੁਕ ਜੇ ਵੀ ਬੰਨ ਹੀ ਪੈ ਗਿਆ ਸਿਰੇ ਨਹੀਂ ਲੱਗ ਰਿਹਾ ਆਹ ਹੁਣ ਜਿਹੜੀਆਂ ਤਿੰਨ ਚਾਰ ਗੱਲਾਂ ਕਹੀਆਂ ਤੁਸੀਂ ਧਿਆਨ ਨਾਲ ਸੁਣਿਓ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਕੋਈ ਕੰਮ ਨੂੰ ਬੰਨ ਪੈ ਜੇ ਕੋਈ ਕੰਮ ਨੂੰ ਰੁਕ ਜੇ ਤੁਹਾਡੀ ਬੱਚੀ 26 ਸਾਲ ਦੀ ਹੋ ਗਈ ਹੈ ਰਿਸ਼ਤਾ ਹੀ ਨਹੀਂ ਹੋ ਰਿਹਾ ਬੰਨ ਪੈ ਗਿਆ ਰੁਕ ਗਿਆ ਕੰਮ ਇਸ ਤਰ੍ਹਾਂ ਦੇ ਕਈ ਗ੍ਰਿਸ਼ਤੀ ਦੇ ਵਿੱਚ ਮੁਸ਼ਕਿਲ ਆ ਇਸ ਤਰ੍ਹਾਂ ਮਾਰੇ ਕੋਈ ਕੰਮ ਰੁਕ ਜੇ ਹੈ ਜ਼ਰੂਰੀ ਹੀ ਹੋਣਾ ਲਾਈਫ ਕਿਵੇਂ ਕਰੀਏ ਤੇ ਸੰਗਤ ਜੀ ਸੁਣਿਓ ਗੁਰੂ ਅਮਰਦਾਸ ਜੀ ਦਾ ਜਵਾਬ ਮਹਾਰਾਜ ਕਹਿੰਦੇ ਜੇ ਕੋਈ ਤੁਹਾਨੂੰ ਆਪਣੇ ਆਸੇ ਪਾਸੇ ਨੇੜੇ ਤੇੜੇ ਕੋਈ ਭੁੱਖਾ ਨਜ਼ਰ ਆਉਂਦਾ ਉਹਨੂੰ ਭੋਜਨ ਦੇ ਦਿਓ ਉਹਨੂੰ ਭੋਜਨ ਦੇ ਦਿਓ ਜੇ ਕਿਸੇ ਨੂੰ ਕੋਈ ਕੱਪੜੇ ਦੀ ਥੁੜ ਨਜ਼ਰ ਆ ਰਹੀ ਹੈ ਤੇ ਉਹਦੀ ਕੱਪੜੇ ਦੀ ਥੁੜ ਪੂਰੀ ਕਰ ਦਿਓ ਅਜੇ ਪੂਰੀ ਗੱਲ ਸੁਣਿਓ ਕਿਉਂਕਿ ਜਿਹੜਾ ਕੰਮ ਰੁਕ ਜਾਣਾ ਨਾ ਛੋਟੀ ਛੋਟੀ ਗੱਲ ਨਹੀਂ ਹੁੰਦੀ ਬੜੀ ਵੱਡਾ ਦੁੱਖ ਹੁੰਦਾ ਬੰਨ ਹੀ ਪੈ ਜਾਣਾ ਤੁਸੀਂ ਕੋਈ ਕੰਮ ਕੀਤਾ ਹੁਣ ਉਹਦੇ ਚ ਕਰੋੜ ਰੁਪਇਆ ਫਸ ਗਿਆ 50 ਲੱਖ ਫਸ ਗਿਆ ਬਸ ਉਹ ਪਾਲਟੀ ਨਾਲ ਕੰਮ ਹੀ ਨਹੀਂ ਸਿਰੇ ਲੱਗਦਾ ਪਿਆ ਉਹ ਕੰਮ ਸਿੱਧਾ ਪੈ ਹੀ ਨਹੀਂ ਰਿਹਾ ਭੁੱਲੀ ਜਾਂਦੇ ਪਏ 2 ਸਾਲ ਬੰਨ ਪੈ ਗਿਆ ਮਹਾਰਾਜ ਨੇ ਪਹਿਲੀ ਗੱਲ ਕਹੀ ਵੀ ਜਿਵੇਂ ਕੋਈ ਨੇੜੇ ਤੇੜੇ ਭੁੱਖਾ ਨਜ਼ਰ ਆਵੇ ਉਹਨੂੰ ਭੋਜਨ ਦੇ ਦਿਓ ਕਿਸੇ ਕੋ ਕੱਪੜੇ ਦੀ ਥੁੜ ਪੂਰੀ ਕਰ ਦਿਓ ਅਗਲੀ ਗੱਲ ਸੁਣਿਓ ਤੀਜਾ ਕਹਿੰਦੇ ਇਕੱਠੇ ਹੋ ਕੇ ਕੀਰਤਨ ਕਰੋ ਕੀਰਤਨ ਕਰੋ ਸਾਡੇ ਪਿਓ ਦੀਆਂ ਸੋਝੀਆਂ ਤੁਸੀਂ ਆਂਢ ਗੁਆਂਢ ਆਪਣੇ ਘਰ ਕਿਤੇ ਚਲੋ 5 ਵਿਧਵਾ ਕੋਈ ਉਹਨਾਂ ਦੇ ਭੋਜਨ ਦਾ ਸਾਧਨ ਵਸਤਰ ਦਾ ਸਾਧਨ ਤੇ ਤੀਜਾ ਪਤਾ ਕੀ ਕਹਿੰਦੇ ਇਕੱਠੇ ਹੋ ਕੇ ਕੀਰਤਨ ਕਰੋ ਚੌਥਾ ਲਫ਼ਜ਼ ਲਿਖਿਆ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਕੜਾ ਪ੍ਰਸ਼ਾਦੀ ਦੇਗ ਬਣਾਓ ਆਖੋ ਸਾਧਨਾ ਦੇਗ ਬਣਾਓ ਇਕੱਠੇ ਹੋ ਕੇ ਕੀਰਤਨ ਕਰੋ ਤੇ ਕਹਿੰਦੇ ਕੀਰਤਨ ਕਰਨ ਤੋਂ ਬਾਅਦ ਖਲੋ ਕੇ ਅਰਦਾਸ ਕਰੋ ਤੁਹਾਡਾ ਵੱਡੇ ਤੋਂ ਵੱਡਾ ਬੰਨ ਗੁਰੂ ਨਾਨਕ ਸਾਹਿਬ ਖਤਮ ਕਰ ਦੇਣਗੇ ਇਹਦੇ ਕੀ ਲਿਆਂਦਾ ਬਾਣੀ ਵੀ ਲਿਆਂਦੀ ਦੇਗ ਵੀ ਲਿਆਂਦੀ ਦਇਆ ਵੀ ਲਿਆਂਦੀ ਆਖੋ ਸਤਨਾਮ